ਸਤਿ ਸ਼੍ਰੀ ਅਕਾਲ ਮੇਰੇ ਸਾਰੇ ਦੋਸਤੋ, ਅੱਜ ਆਪਾਂ ਕਰਾਂਗੇ ਜੀ ਫੰਡਾਮੈਂਟਲ ਡਿਊਟੀ। ਠੀਕ ਹੈ, ਇੱਕ ਤੋਂ ਲੈ ਕੇ ਚਾਰ ਤੱਕ ਤੁਹਾਨੂੰ ਦੱਸਤਾ ਸੀਗੀ। ਇਹਦੇ ਵਿੱਚ ਤਾਂ ਆਪਣੇ ਆਹੀ ਸੈਂਟਰ ਦੇ ਕੰਮ ਆ ਜਾਂਦੇ ਆ ਕਿ ਭਾਰਤ ਇੱਕ ਸੰਘ ਹੈਗਾ, ਠੀਕ ਹੈ, ਸੰਘ ਦੇਸ਼ ਹੈ, ਇੰਨੇ ਰਾਜ ਹੈ, ਇੰਨੇ ਕੇਂਦਰ ਹੈ, ਉਹ ਚੀਜ਼ ਆ ਜਾਂਦੀ ਹੈ। 51 ਤੋਂ 12 ਤੱਕ, 5 ਤੋਂ 11 ਤੱਕ ਕਰਿਆ ਸੀ ਆਪਾਂ ਸਿਟੀਜ਼ਨਸ਼ਿਪ, ਸਿਟੀਜ਼ਨਸ਼ਿਪ ਜਿਹਨੂੰ ਆਪਾਂ ਕਹਿੰਦੇ ਨਾਗਰਿਕਤਾ। 12 ਤੋਂ 35 ਤੱਕ ਕੀਤਾ ਸੀ ਆਪਾਂ ਫੰਡਾਮੈਂਟਲ ਰਾਈਟ, ਅਤੇ 36 ਤੋਂ 51 ਤੱਕ ਕੀਤਾ ਸੀ ਆਪਾਂ DPSP। ਦੇਖੋ, ਆਹ ਤਾਂ ਹੁੰਦਾ ਸੀ ਪਹਿਲੇ ਭਾਗ ਦੇ ਵਿੱਚ, ਆਹ ਹੁੰਦਾ ਸੀ ਦੂਜੇ ਭਾਗ ਦੇ ਵਿੱਚ, ਆਹ ਹੁੰਦਾ ਸੀ ਤੀਜੇ ਭਾਗ ਦੇ ਵਿੱਚ, ਆਹ ਹੁੰਦਾ ਸੀ ਚੌਥੇ ਭਾਗ ਦੇ ਵਿੱਚ। ਅੱਜ ਆਪਾਂ ਜਿਹੜਾ ਕਰਨ ਜਾ ਰਹੇ ਹਾਂ ਫੰਡਾਮੈਂਟਲ ਡਿਊਟੀ, ਇਹ ਆਉਂਦਾ ਭਾਈ ਫੋਰਥ ਭਾਗ ਦੇ ਏ, ਚੌਥੇ ਭਾਗ ਦੇ ਊੜੇ ਵਿੱਚ ਆਉਂਦਾ। ਪ੍ਰਸ਼ਨ ਇਹ ਆਊਗਾ ਕਿ ਜਿਹੜਾ ਫੰਡਾਮੈਂਟਲ ਡਿਊਟੀ ਹੈ ਭਾਈ, ਇਹ ਕਿਹੜੇ ਭਾਗ 'ਚ ਆਉਂਦੀ ਹੈ? ਚੌਥੇ ਭਾਗ ਦੇ ਵਿੱਚ ਆਉਂਦੀ ਹੈ ਬਾਈ, ਅਤੇ ਕਿਹੜੇ ਆਰਟੀਕਲ ਦੇ ਵਿੱਚ ਆਉਂਦੀ ਹੈ? ਇਹ ਆਉਂਦੀ ਹੈ 51A। ਠੀਕ ਹੈ, 51A ਆਰਟੀਕਲ ਦੇ ਵਿੱਚ ਆਉਂਦੀ ਹੈ ਇਹ, ਅਤੇ ਯਾਦ ਰੱਖਿਓ। ਠੀਕ ਹੈ, ਭਾਗ ਯਾਦ ਕਰੋ। ਦੇਖੋ, ਫੰਡਾਮੈਂਟਲ ਡਿਊਟੀ ਕਿਹੜੇ ਭਾਗ 'ਚ ਆਉਂਦੀ ਹੈ? ਚੌਥਾ ਏ ਪਾਰਟ, ਚੌਥੇ ਏ ਭਾਗ ਦੇ ਵਿੱਚ ਫੰਡਾਮੈਂਟਲ ਡਿਊਟੀ ਆਉਂਦੀ ਹੈ। ਠੀਕ ਹੈ ਜੀ, ਪਹਿਲੀ ਗੱਲ ਤਾਂ ਇੱਥੇ ਹੈ। ਦੂਸਰੀ ਗੱਲ ਇਹ ਐਂ ਪੁੱਛ ਸਕਦੇ, ਕਿਹੜੇ ਆਰਟੀਕਲ ਦੇ ਵਿੱਚ ਆਉਂਦਾ ਫੰਡਾਮੈਂਟਲ ਡਿਊਟੀਆਂ? ਫੰਡਾਮੈਂਟਲ ਆਉਂਦੀਆਂ 51A ਦੇ ਵਿੱਚ। ਓਕੇ, ਇੰਨੀ ਗੱਲ ਤੁਹਾਨੂੰ ਕਲੀਅਰ ਹੋ ਗਈ ਹੋਊਗੀ। ਅਤੇ ਇਸ ਤੋਂ ਪਹਿਲਾਂ ਵੀ ਵੀਡੀਓ ਲਾਈਕ ਕਰ ਦਿਉ, ਸਾਰੇ ਬੰਦਿਆਂ ਨੂੰ ਕਰ ਦਿਉ, ਰੀਮੈਂ ਕਰਾਉਣੀ ਹੁੰਦੀ ਹੈ ਫਿਰ। ਠੀਕ ਹੈ, ਚਲੋ ਜੀ, ਅਤੇ ਕਰ ਦਿਓ ਬੰਦਿਆਂ ਨੂੰ ਯਾਰੋ, ਕਰ ਦਿਆ ਕਰੋ, ਕਹਿਣ ਦੀ ਲੋੜ ਨਾ ਪਿਆ ਕਰੇ। ਹੈ, ਦੇਖੋ, ਅੱਜ ਆਪਾਂ ਗੱਲ ਕਰਦੇ ਹਾਂ ਫੰਡਾਮੈਂਟਲ ਡਿਊਟੀ ਬਾਰੇ। ਫੰਡਾਮੈਂਟਲ ਡਿਊਟੀਆਂ ਕਿਹੜੀਆਂ ਕਿਹੜੀਆਂ ਆਪਣੀਆਂ, ਜਿਹਨੂੰ ਆਪਾਂ ਕਹਿ ਦਿੰਦੇ ਪੰਜਾਬੀ ਦੇ ਵਿੱਚ, ਇਹਨੂੰ ਆਪਾਂ ਮੌਲਿਕ ਕਰਤੱਵਿਆ ਕਹਿ ਦਿੰਦੇ ਹਾਂ। ਠੀਕ ਹੈ, ਮੌਲਿਕ ਕਰਤੱਵ। ਦੇਖੋ, ਨੰਬਰ 1, ਫੰਡਾਮੈਂਟਲ ਡਿਊਟੀ ਨੂੰ ਹੀ ਮੌਲਿਕ ਕਰਤੱਵ ਕਿਹਾ ਜਾਂਦਾ ਹੈਗਾ। ਕੀ ਕਿਹਾ ਜਾਂਦਾ? ਫੰਡਾਮੈਂਟਲ ਡਿਊਟੀ ਨੂੰ ਹੀ ਮੌਲਿਕ ਕਰਤੱਵ ਕਿਹਾ ਜਾਂਦਾ। ਯਾਦ ਰੱਖਣੀ ਹੈ ਕਿ ਫੰਡਾਮੈਂਟਲ ਡਿਊਟੀ ਨੂੰ ਮੌਲਿਕ ਕਰਤੱਵ ਕਿਹਾ ਜਾਂਦਾ। ਨੰਬਰ 2 'ਤੇ, ਇਹ ਮੌਲਿਕ ਕਰਤੱਵ ਸਰਦਾਰ ਸਵਰਨ ਸਿੰਘ ਕਮੇਟੀ ਦੁਆਰਾ ਬਣਾਏ ਗਏ ਸਨ। ਪ੍ਰਸ਼ਨ ਇਹ ਆ ਸਕਦਾ, ਦੂਜਾ ਪ੍ਰਸ਼ਨ ਇਹ ਬਣਦਾ ਭਾਈ ਕਿ ਮੌਲਿਕ ਜਿਹੜੇ ਕਰਤੱਵ ਹੈ ਇਹ ਕਿਹਦੇ ਦੁਆਰਾ ਬਣਾਏ ਗਏ? ਇਹ ਬਣਾਏ ਗਏ ਸਵਰਨ ਸਿੰਘ ਕਮੇਟੀ ਦੁਆਰਾ। ਫੰਡਾਮੈਂਟਲ ਡਿਊਟੀ ਨੂੰ ਮੌਲਿਕ ਅਧਿਕਾਰ ਕਹਿ ਦਿੰਦੇ ਆ। ਓਕੇ ਜੀ, ਕਿਹੜੇ ਪਾਰਟ ਦੇ ਵਿੱਚ ਆਉਂਦੇ? ਚੌਥਾ ਪਾਰਟ ਊੜੇ ਦੇ ਵਿੱਚ, ਜਾਂ ਚੌਥਾ ਪਾਰਟ ਏ ਦੇ ਵਿੱਚ ਆਉਂਦੇ ਆ। ਓਕੇ ਜੀ, ਅਤੇ ਕਿਹੜੇ ਆਰਟੀਕਲ ਦੇ ਵਿੱਚ ਆਉਂਦੀਆਂ ਫੰਡਾਮੈਂਟਲ ਡਿਊਟੀਆਂ? 51A। ਇਸ ਤੋਂ ਬਾਅਦ ਦੇਖੋ, ਸਭ ਤੋਂ ਪਹਿਲਾਂ ਇਹ ਬਣਾਉਣ ਦੀ ਕੋਈ ਲੋੜ ਨਹੀਂ ਪਈ ਸੀ, ਪਹਿਲਾਂ ਹੈ ਨਹੀਂ ਸੀ ਆਪਣੇ ਉਹਦੇ 'ਚ। ਜਦੋਂ ਆਪਣੀ ਐਮਰਜੈਂਸੀ ਲੱਗੀ ਸੀ, ਠੀਕ ਹੈ, ਐਮਰਜੈਂਸੀ ਲੱਗਣ ਤੋਂ ਬਾਅਦ ਆਪਣੀ ਜਿਹੜੀ ਮਤਲਬ ਆਰਥਿਕ ਹਾਲਤ ਸੀ ਉਹ ਬਹੁਤ ਮੰਦਭਾਗੀ ਹੋ ਗਈ ਸੀ, ਮਤਲਬ ਬਹੁਤ ਖਰਾਬ ਹੋ ਗਈ ਸੀ ਆਪਣੀ ਜਿਹੜੀ ਆਰਥਿਕ ਹਾਲਤ ਸੀ, ਕਿਉਂਕਿ ਉਹ ਟਾਈਮ ਦੇ ਵਿੱਚ ਐਮਰਜੈਂਸੀ ਲੋਨ ਨੂੰ ਕਹਿ ਦਿੰਦੇ ਸੀ, ਸਹੂਲਤ ਲੋਕਾਂ ਨੂੰ ਇੰਨੀ ਹੈ ਸੀ, ਤਾਂ ਕਰਕੇ ਫਿਰ ਇਹਨਾਂ ਨੇ ਸਰਦਾਰ ਸਵਰਨ ਸਿੰਘ ਕਮੇਟੀ ਨੇ ਕੀ ਕੀਤਾ, ਸਰਕਾਰ ਨੂੰ ਇੱਕ ਨੋਟਿਸ ਭੇਜਿਆ ਕਿ ਸਰ ਅਸੀਂ ਕੀ ਫੰਡਾਮੈਂਟਲ ਡਿਊਟੀਆਂ ਬਣਾਉਣਾ ਚਾਹੁੰਦੇ ਹਾਂ, ਆਪਣੇ ਅਧਿਕਾਰ ਦੇ ਵਿੱਚ ਸ਼ਾਮਿਲ ਕਰਨਾ ਚਾਹੁੰਦੇ ਹਾਂ। ਉਹ ਕਹਿੰਦੇ ਕੋਈ ਗੱਲ ਨਹੀਂ ਭਾਈ, ਤੁਸੀਂ ਕਰ ਸਕਦੇ ਹੋ, ਕਿ ਲੋਕਾਂ ਦੇ ਹਿੱਤਾਂ ਦੇ ਵਿੱਚ, ਹਿੱਤਾਂ ਵਾਸਤੇ ਸਭ ਤੋਂ ਜ਼ਰੂਰੀ ਨੇ। ਕਿ ਠੀਕ ਹੈ, ਜਦੋਂ ਇਹ ਕਿਹੜੇ ਪ੍ਰਸ਼ਨ ਇਹ ਆ ਸਕਦਾ ਕਿ ਜਿਹੜੀ ਫੰਡਾਮੈਂਟਲ ਡਿਊਟੀਆਂ ਇਹ ਕਿਹੜੇ ਅਮੈਂਡਮੈਂਟ ਦੇ ਅੰਡਰ ਬਣਾਈਆਂ ਗਈਆਂ ਸੀ? ਇਹ ਬਣਾਈਆਂ ਗਈਆਂ ਸੀ 42ਵਾਂ ਅਮੈਂਡਮੈਂਟ ਹੋਇਆ ਸੀ ਆਪਣਾ 1976 ਦੇ ਵਿੱਚ, ਉਹਦੇ ਅੰਡਰ ਇਹ ਬਣਾਈਆਂ ਗਈਆਂ ਸੀ। ਠੀਕ ਹੈ, ਇਸ ਵਿੱਚ 10 ਮੌਲਿਕ ਅਧਿਕਾਰ ਸ਼ਾਮਿਲ ਹਨ। ਪ੍ਰਸ਼ਨ ਪਹਿਲਾਂ ਇਹ ਆਊਗਾ ਕਿ 42ਵੇਂ ਅਮੈਂਡਮੈਂਟ ਜੋ 1976 ਹੋਇਆ ਸੀ, ਉਦੋਂ ਦੇ ਵਿੱਚ ਕਿੰਨੀਆਂ ਫੰਡਾਮੈਂਟਲ ਡਿਊਟੀਆਂ ਸੀ? ਉਦੋਂ ਦੇ ਵਿੱਚ 10 ਫੰਡਾਮੈਂਟਲ ਡਿਊਟੀਆਂ ਸੀ। ਪਰ ਅੱਜ ਦੇ ਸਮੇਂ ਦੇ ਵਿੱਚ ਜੋ 86ਵਾਂ ਅਮੈਂਡਮੈਂਟ ਹੋਇਆ 2002 ਦੇ ਵਿੱਚ, ਠੀਕ ਹੈ, ਤਾਂ ਉਦੋਂ ਦੇ ਵਿੱਚ ਇੱਕ ਆਰਟੀਕਲ ਹੋਰ ਜੋੜਤਾ, ਅਤੇ ਉਹ ਆਰਟੀਕਲ ਜੋੜਨ ਕਰਕੇ ਤੁਹਾਡੀ ਸੰਖਿਆ ਕਿੰਨੀ ਹੋ ਗਈ? 11 ਹੋ ਗਈ। ਠੀਕ ਹੈ, ਇਹ ਪੁੱਛ ਸਕਦੇ ਆ ਕਿ ਜਦੋਂ ਆਪਣੇ ਫੰਡਾਮੈਂਟਲ ਡਿਊਟੀਆਂ ਬਣਾਈਆਂ ਸੀ ਉਦੋਂ ਦੇ ਵਿੱਚ ਕਿੰਨੇ ਆਰਟੀਕਲ ਸੀ, ਅਤੇ ਅੱਜ ਦੇ ਟਾਈਮ ਦੇ ਵਿੱਚ ਇਹਦੇ ਵਿੱਚ ਕਿੰਨੇ ਆਰਟੀਕਲ ਹੈ? ਅਤੇ ਅੱਜ ਦੇ ਟਾਈਮ ਦੇ ਵਿੱਚ 11 ਆਰਟੀਕਲ ਹੈ, ਅਤੇ ਜਦੋਂ ਫੰਡਾਮੈਂਟਲ ਡਿਊਟੀਆਂ ਬਣਾਈਆਂ ਸੀ ਉਹ ਟਾਈਮਾਂ ਦੇ ਵਿੱਚ ਇਹਦੇ ਵਿੱਚ 10 ਆਰਟੀਕਲ ਸੀ। ਠੀਕ ਹੈ ਜੀ, ਇਸ ਤੋਂ ਬਾਅਦ ਇਹ ਜਿਹੜੇ ਮੌਲਿਕ ਕਰਤੱਵ ਹੈ 51A ਦੇ ਵਿੱਚ ਆਉਂਦੇ ਹਨ, ਅਤੇ ਇਹ ਕਿਹੜੀ ਸਟੇਟ ਤੋਂ ਲੈ ਕੇ ਗਏ, ਲਿੱਤੇ ਗਏ, ਕਿਹੜੀ ਕੰਟਰੀ ਤੋਂ ਲਿੱਤੇ? ਕਹਿੰਦੇ ਇੰਡੀਆ ਨੇ ਮੌਲਿਕ ਕਰਤੱਵ ਰੂਸ ਤੋਂ ਲਿੱਤੇ ਹੈ। ਠੀਕ ਹੈ, ਰੂਸ ਨੂੰ ਐਂ ਵੀ ਕਹਿ ਦਿੰਦੇ ਆ, ਠੀਕ ਹੈ, USSR। ਦੇਖੋ, ਆਪਣੇ ਕਿੰਨੇ ਹੈਗੇ ਸਾਰੇ ਇਹ ਸਾਰੇ ਜਿਹੜੇ ਆਪਣੇ ਮੌਲਿਕ ਕਰਤੱਵ ਹੈ ਉਹ 11 ਗੇ। ਠੀਕ ਹੈ, ਉਹ 11 ਬਾਰੇ ਆਪਾਂ ਗੱਲ ਕਰਾਂਗੇ ਹੁਣ ਕਿ 11 ਕਿਹੜੇ ਕਿਹੜੇ ਆ। ਉਹ ਹਰੇਕ ਨਾਗਰਿਕ ਦਾ ਇਹ ਕਰਤੱਵ ਹੋਵੇਗਾ ਕਿ ਉਹ ਸੰਵਿਧਾਨ ਦੀ ਪਾਲਣਾ ਕਰੇ ਅਤੇ ਰਾਸ਼ਟਰੀ ਝੰਡੇ ਅਤੇ ਰਾਸ਼ਟਰੀ ਗੀਤ ਦਾ ਆਦਰ ਕਰੇ। ਠੀਕ ਹੈ ਜੀ, ਹਰੇਕ ਬੰਦੇ ਦਾ ਧਰਮ ਹੈਗਾ ਕਿ ਉਹਨੂੰ ਰਾਸ਼ਟਰੀ ਗੀਤ ਅਤੇ ਰਾਸ਼ਟਰੀ ਝੰਡੇ ਦਾ ਆਦਰ ਕਰਨਾ ਚਾਹੀਦਾ ਹੈਗਾ। ਇਹ ਨਹੀਂ ਹੈਗਾ ਕਿ ਤੁਸੀਂ ਮੂੰਹ 'ਚ ਤਾਂ ਮੂਸੇ ਦਾ ਗੀਤ ਗਾਈ ਜਾਓ ਹੱਥ ਜੋੜ ਕੇ, ਅਤੇ ਹੈ ਸਾਹਮਣੇ ਰਾਸ਼ਟਰੀ ਗੀਤ ਚੱਲੀ ਜਾਂਦਾ ਹੋਵੇ, ਜਾਂ ਅੱਧੇ ਢਿੱਲੋ ਦੇ ਗੀਤ ਗਾਈ ਜਾਓ, ਹੈ ਨਾ, ਇਹ ਕੰਮ ਨਹੀਂ ਚੱਲਣਾ। ਜੇ ਰਾਸ਼ਟਰੀ ਗੀਤ ਕਿਤੇ ਚੱਲ ਰਿਹਾ ਉਹਦਾ ਆਦਰ ਕਰੋ, ਰਾਸ਼ਟਰੀ ਗੀਤ ਨੂੰ ਸੁਣਨ ਸਾਰ ਖੜ੍ਹੇ ਹੋ, ਠੀਕ ਹੈ, ਅਤੇ ਸੰਵਿਧਾਨ ਦੀ ਪਾਲਣਾ ਕਰੋ।
ਪਹਿਲਾਂ ਤਾਂ ਇਹਨਾਂ ਨੇ ਕੀ ਕੀਤਾ ਸੀ ਜਦੋਂ ਸੰਵਿਧਾਨ ਦੇ ਵਿੱਚ ਡਿਊਟੀਆਂ ਬਣਾਈਆਂ ਸੀ ਇਹਨਾਂ ਨੇ ਡਿਊਟੀਆਂ ਬਣਾਈਆਂ ਸੀ ਉਹਨਾਂ ਨੇ ਇਹ ਕਿਹਾ ਸੀ ਕਿ ਜੇਕਰ ਇਹਨਾਂ ਡਿਊਟੀਆਂ ਦਾ ਕੋਈ ਵੀ ਬੰਦਾ ਆਦਰ ਨਹੀਂ ਕਰਦਾ ਤਾਂ ਉਹਨੂੰ ਕੋਈ ਸਜ਼ਾ ਨਹੀਂ ਹੈਗੀ ਠੀਕ ਹੈ ਇਹ 11 ਜਿਹੜੇ ਫੰਡਾਮੈਂਟਲ ਡਿਊਟੀਆਂ ਦੇ ਵਿੱਚ ਜੇ ਕੋਈ ਆਦਰ ਨਹੀਂ ਕਰਦਾ ਤਾਂ ਕੋਈ ਉਹਨੂੰ ਮਤਲਬ ਕੋਈ ਉਹਦੇ 'ਤੇ ਕਾਰਵਾਈ ਨਹੀਂ ਹੋ ਸਕਦੀ ਪਰ ਜਿਹੜਾ ਇਹਨਾਂ ਨੇ ਇਹ ਕੰਮ ਉਹਨਾਂ ਨੇ ਜਿਹੜਾ ਪਹਿਲਾ ਆਰਟੀਕਲ ਹੈਗਾ ਠੀਕ ਹੈ ਪਹਿਲੇ ਆਰਟੀਕਲ ਦੇ ਵਿੱਚ ਸਜ਼ਾ ਹੋ ਸਕਦੀ ਹੈ ਪਹਿਲੇ ਆਰਟੀਕਲ ਦੇ ਵਿੱਚ ਸਜ਼ਾ ਹੋ ਸਕਦੀ ਹੈ ਮੈਂ ਤੁਹਾਨੂੰ ਦੱਸ ਦਾਂ ਕਿ 11 ਆਪਣੇ ਆਰਟੀਕਲ ਹੈਗੇ ਫੰਡਾਮੈਂਟਲ ਡਿਊਟੀ ਦੇ ਵਿੱਚ ਮੈਂ ਤੁਹਾਨੂੰ ਦੱਸੂ ਕਿ ਕਿਹੜੇ ਕਿਹੜੇ ਵਿੱਚ ਸਜ਼ਾ ਹੋ ਸਕਦੀ ਹੈ ਕਿਹੜੇ ਕਿਹੜੇ ਵਿੱਚ ਸਜ਼ਾ ਨਹੀਂ ਹੋ ਸਕਦੀ ਠੀਕ ਹੈ ਹਰੇਕ ਬੰਦੇ ਦਾ ਕਰਤੱਵ ਹੈ ਕਿ ਸੰਵਿਧਾਨ ਦੀ ਪਾਲਣਾ ਕਰੇ ਠੀਕ ਹੈ ਇਹ ਨਹੀਂ ਹੋਵੇ ਕਿ ਤੁਸੀਂ ਗੱਡੀ ਲਈ ਜਾਂਦੇ ਹੋ ਅਤੇ ਜਾਂਦੇ ਹੋਏ ਬੈਰੀਗੇਡਾਂ 'ਤੇ ਚੜ੍ਹਾ ਦਿਉ ਠੀਕ ਹੈ ਜਾਂ ਤੁਸੀਂ ਸੜਕ 'ਤੇ ਸਟੰਟ ਕਰਨ ਲੱਗ ਜਾਓ ਉਹ ਕੰਮ ਨਹੀਂ ਕਰਨਾ ਕਿਉਂਕਿ ਸੰਵਿਧਾਨ ਦੀ ਪਾਲਣਾ ਦੇ ਉਲਟ ਹੋ ਜੂਗਾ ਕੰਮ ਅਤੇ ਰਾਸ਼ਟਰੀ ਝੰਡੇ ਦਾ ਆਦਰ ਕਰਨਾ ਇਹ ਨਹੀਂ ਹੈਗਾ ਕਿ ਰਾਸ਼ਟਰੀ ਝੰਡੇ ਦੀਆਂ ਤੁਸੀਂ ਸ਼ਰਟਾਂ ਬਣਾਈ ਫਿਰੋ ਠੀਕ ਹੈ ਅਤੇ ਜਾਂ ਰਾਸ਼ਟਰੀ ਝੰਡੇ ਨੂੰ ਧਰਤੀ 'ਤੇ ਬਣਾ ਕੇ ਚਿੱਤਰ ਉੱਤੇ ਖੜ੍ਹੇ ਹੋਵੋ ਤੁਸੀਂ ਇਹ ਕੰਮ ਨਹੀਂ ਹੋਣਾ ਚਾਹੀਦਾ ਅਤੇ ਰਾਸ਼ਟਰੀ ਗੀਤ ਦਾ ਆਦਰ ਕਰਨਾ ਚਾਹੀਦਾ ਜਿਹੜਾ ਹਮਾਰਾ ਰਾਸ਼ਟਰੀ ਅੰਦੋਲਨ ਸਮੇਂ ਦੇ ਵਿੱਚ ਜੋ ਭਾਵਨਾਵਾਂ ਨੂੰ ਪ੍ਰੇਰਿਤ ਕਰਦੇ ਹਨ ਜਦੋਂ ਆਪਣੇ ਰਾਸ਼ਟਰੀ ਝੰਡੇ ਹੋਏ ਸੀ ਜਦੋਂ ਆਪਣੇ ਰਾਸ਼ਟਰੀ ਅੰਦੋਲਨ ਹੋਏ ਸੀ ਪੁਰਾਣੇ ਸਮਾਂ ਦੇ ਵਿੱਚ ਜਿਹੜੇ ਜਿਹੜੇ ਲੀਡਰਾਂ ਨੇ ਰਾਸ਼ਟਰੀ ਆਪਾਂ ਨੂੰ ਆਜ਼ਾਦੀ ਦਵਾਈ ਆਜ਼ਾਦੀ ਵਾਸਤੇ ਉਹਨਾਂ ਨੇ ਬਹੁਤ ਸਾਰੀਆਂ ਮਤਲਬ ਕੰਪੇਨਾਂ ਚਲਾਈਆਂ ਠੀਕ ਹੈ ਅਤੇ ਆਪਣੀਆਂ ਬਹੁਤ ਸਾਰੀਆਂ ਸ਼ਹੀਦੀਆਂ ਦਿੱਤੀਆਂ ਤਾਂ ਵੀ ਉਹ ਆਪਣੇ ਬਰਾਬਰ ਖੜ੍ਹੇ ਹੋਏ ਕਿ ਸਾਨੂੰ ਆਜ਼ਾਦੀ ਮਿਲ ਜੇ ਆਜ਼ਾਦੀ ਮਿਲ ਜੇ ਜਿਹੜੀਆਂ ਉਹਨਾਂ ਦੀਆਂ ਭਾਵਨਾਵਾਂ ਹੈਗੀਆਂ ਜਿਹੜੇ ਉਸ ਸਮੇਂ ਦੇ ਵਿੱਚ ਉਹਨਾਂ ਦੇ ਦਿਲਾਂ ਦੇ ਵਿੱਚ ਰੋਹ ਸੀ ਠੀਕ ਹੈ ਅਤੇ ਇੱਕ ਮਤਲਬ ਉਹਨਾਂ ਦੇ ਹਿੰਮਤ ਸੀ ਉਹਨਾਂ ਦੇ ਵਿੱਚ ਉਹੀ ਹਿੰਮਤ ਅੱਜ ਦੇ ਟਾਈਮ ਦੇ ਵਿੱਚ ਆਪਣੇ ਵਿੱਚ ਹੋਣੀ ਚਾਹੀਦੀ ਹੈ ਇਹ ਕਿਹਾ ਗਿਆ ਫੰਡਾਮੈਂਟਲ ਡਿਊਟੀ 2 ਦੇ ਵਿੱਚ ਪਰ ਇਹ ਆਪਣੇ 'ਤੇ ਕੋਈ ਡੰਡ ਨਹੀਂ ਹੈਗਾ ਜੇ ਆਪਾਂ ਉਹਨਾਂ ਦੀਆਂ ਕਿਸੇ ਜਿਹੀ ਹਿੰਮਤ ਉਹਨਾਂ ਦੇ ਵਿੱਚ ਸੀ ਜਾਂ ਕਿਸੇ ਜਿਹੀਆਂ ਪ੍ਰੇਰਨਾ ਉਹਨਾਂ ਨੂੰ ਸੀ ਜੇ ਆਪਾਂ ਨੂੰ ਉਹੋ ਜਿਹਾ ਨਹੀਂ ਵੀ ਲੈਂਦੇ ਆਪਾਂ ਤਾਂ ਵੀ ਆਪਣੇ 'ਤੇ ਕੋਈ ਕਾਰਵਾਈ ਨਹੀਂ ਹੋਊਗੀ ਇੱਕ ਆਰਟੀਕਲ ਦੇ ਵਿੱਚ ਲਿਖੀ ਹੋਈ ਚੀਜ਼ ਹੈਗੀ ਇਸ ਤੋਂ ਬਾਅਦ ਨੰਬਰ 3 ਭਾਰਤ ਦੀ ਏਕਤਾ ਅਖੰਡਤਾ ਅਤੇ ਪ੍ਰਤਿਭਾ ਦਾ ਖਿਆਲ ਰੱਖਣਾ ਭਾਰਤ ਦੇ ਵਿੱਚ ਏਕਤਾ ਬਣਾ ਕੇ ਰੱਖਣਾ ਇਹ ਨਹੀਂ ਹੈਗਾ ਕਿ ਤੁਸੀਂ ਕਿਤੇ ਇੱਧਰ ਚੁਗਲੀ ਕਰਦੇ ਕਿਤੇ ਉੱਧਰ ਚੁਗਲੀ ਕਰਦੇ ਆਪਸ ਵਿੱਚ ਲੋਕਾਂ ਨੂੰ ਲੜਾ ਦਿਓ ਠੀਕ ਹੈ ਜੇ ਤੁਸੀਂ ਇਹੋ ਜਿਹਾ ਕੰਮ ਕਰਦੇ ਹੋ ਤਾਂ ਇਹ ਫੰਡਾਮੈਂਟਲ ਡਿਊਟੀ ਦੇ ਅੰਦਰ ਆ ਜਾਂਦਾ ਗਾ ਠੀਕ ਹੈ ਪਰ ਇਹ 'ਚ ਤੁਹਾਨੂੰ ਚੁਗਲੀਆਂ ਕਰਨ ਦੇ ਵਿੱਚ ਤੁਹਾਨੂੰ ਸਜ਼ਾ ਨਹੀਂ ਹੋ ਸਕਦੀ ਠੀਕ ਹੈ ਅਤੇ ਪਰ ਉਹ ਇਹ ਕੰਮ ਨਹੀਂ ਹੈਗਾ ਕਿ ਤੁਹਾਨੂੰ ਕੀ ਕਰਨਾ ਚਾਹੀਦਾ ਏਕਤਾ ਵੀ ਰੱਖਣੀ ਚਾਹੀਦੀ ਹੈ ਅਤੇ ਅਖੰਡਤਾ ਕਿ ਜਿਹੜਾ ਆਪਣਾ ਧਰਮ ਲੋਕ ਇਕੱਠੇ ਰਹਿੰਦੇ ਉਹ ਚੀਜ਼ ਕਾਇਮ ਰੱਖਣੀ ਅਤੇ ਪ੍ਰਤਿਭਾ ਕਿ ਇੱਜ਼ਤ ਬਣਾ ਕੇ ਰੱਖਣੀ ਚਾਹੀਦੀ ਇਹ ਨਹੀਂ ਹੈਗਾ ਕਿ ਤੁਸੀਂ ਪਾਕਿਸਤਾਨ ਸੰਬੰਧ ਬਣਾ ਕੇ ਉੱਧਰੋਂ ਬੰਬ ਲਈ ਜਾਓ ਅਤੇ ਉੱਧਰੋਂ ਬੰਬ ਵੇਚੀ ਜਾਓ ਹੀਰੋਇਨ ਲਈ ਜਾਓ ਠੀਕ ਹੈ ਅਸਲਾ ਲਈ ਜਾਓ ਇਹ ਕੰਮ ਨਹੀਂ ਕਰਨੇ ਇਹ ਸਾਰੇ ਆਪਣੇ ਕੀ ਆ ਜਾਂਦੇ ਆ ਫੰਡਾਮੈਂਟਲ ਡਿਊਟੀਆਂ ਦੇ ਵਿੱਚ ਆ ਜਾਂਦੇ ਕਿ ਆਪਣੀ ਭਾਰਤ ਦੀ ਏਕਤਾ ਨੂੰ ਰੱਖਣਾ ਏਕਤਾ ਤਾਂ ਹੀ ਰਹੂਗੀ ਜੇ ਆਪਾਂ ਚੁਗਲੀ ਚੱਪਾ ਨਾ ਕਰਾਂਗੇ ਕਿਸੇ ਦਾ ਇੱਕ ਦੂਜੇ ਕੋਲ ਠੀਕ ਹੈ ਅਤੇ ਕਿਸੇ ਵੀ ਧਰਮ ਨੂੰ ਠੇਸ ਨਾ ਪਹੁੰਚਾਓ ਕਿ ਜਿਹਦੇ ਕਰਕੇ ਲੋਕਾਂ ਨੇ ਭਾਵਨਾਵਾਂ ਨੂੰ ਠੇਸ ਪਹੁੰਚੇ ਅਤੇ ਆਪਸ ਦੇ ਵਿੱਚ ਦੰਗੇ ਪਸਾਦ ਹੋਣ ਠੀਕ ਹੈ ਸਾਰਾ ਕੁਛ ਆ ਜਾਂਦਾ ਭਾਰਤ ਦੀ ਏਕਤਾ ਅਤੇ ਅਖੰਡਤਾ ਅਤੇ ਪ੍ਰਤਿਭਾ ਦੀ ਰੱਖਿਆ ਕਰਨੀ ਇਹਦੇ ਵਿੱਚ ਆ ਜਾਂਦਾ ਇਸ ਤੋਂ ਬਾਅਦ ਆਪਣਾ ਫਰਜ਼ ਹੈਗਾ ਦੇਸ਼ ਦੀ ਰੱਖਿਆ ਕਰਨਾ ਠੀਕ ਹੈ ਦੇਸ਼ ਦੀ ਰੱਖਿਆ ਕਰਨਾ ਇਹ ਕੰਮ ਨਹੀਂ ਹੈਗਾ ਕਿ ਉੱਧਰੋਂ ਆਪਣੀ ਲੜਾਈ ਚੀਨ ਨਾਲ ਲੱਗੀ ਹੋਈ ਹੈ ਜਾਂ ਪਾਕਿਸਤਾਨ ਨਾਲ ਲੱਗੀ ਹੋਈ ਹੈ ਅਤੇ ਤੁਸੀਂ ਇੱਥੋਂ ਵਗ ਜਾਓ ਕਿ ਮੈਂ ਦੇਸ਼ ਦੀ ਰੱਖਿਆ ਕਰਨਾ ਮੇਰੇ ਫੰਡਾਮੈਂਟਲ ਡਿਊਟੀਜ਼ ਦੇ ਵਿੱਚ ਲਿਖਿਆ ਹੋਇਆ ਹੈਗਾ ਉਹ ਲਿਖਿਆ ਤਾਂ ਹੈਗਾ ਗਾ ਫੰਡਾਮੈਂਟਲ ਡਿਊਟੀ ਦੇ ਵਿੱਚ ਪਰ ਉਹਦੇ ਵਿੱਚ ਆਪਾਂ ਦੂਸਰੇ ਲੋਟ ਆਪਣਾ ਇਹ ਵੀ ਸਰਕਾਰ ਦਾ ਉਹ ਹੈਗਾ ਰੂਲ ਹੈਗਾ ਕਿ ਜੇ ਆਪਾਂ ਨੂੰ ਕਿਹੜਾ ਉਹਨਾਂ ਨੇ ਸਰਕਾਰ ਨੇ ਹਥਿਆਰਾਂ ਦੀ ਨੌਲੇਜ ਦਿੱਤੀ ਹੈ ਆਪਾਂ ਨੂੰ ਕਿਹੜਾ ਉਹਨਾਂ ਨੇ ਹਥਿਆਰ ਚਲਾਉਣੇ ਸਿਖਾਇਆ ਗਿਆ ਚੁੱਕੋ ਵੀ ਰਫਲਾਂ 'ਤੇ ਚੱਲੋ ਉੱਥੇ ਚੀਨ ਦੇ ਬਾਰਡਰ 'ਤੇ ਠੀਕ ਹੈ ਜਿੱਥੇ ਲੜਾਈ ਚੱਲੀ ਜਾਂਦੀ ਹੈ ਤਾਂ ਕਰਕੇ ਦੇਸ਼ ਦੀ ਰੱਖਿਆ ਤਾਂ ਆਪਾਂ ਕਰ ਸਕਦੇ ਹਾਂ ਪਰ ਬਾਰਡਰ 'ਤੇ ਨਹੀਂ ਜਾ ਸਕਦੇ ਹੁਣ ਜਦੋਂ ਤੁਹਾਨੂੰ ਕਿਸੇ ਰਫਲ ਚਲਾਉਣ ਬਾਰੇ ਪਿਸਤੌਲ ਚਲਾਉਣ ਬਾਰੇ ਜਾਣਕਾਰੀ ਨਹੀਂ ਹੈਗੀ ਉੱਥੇ ਤੁਸੀਂ ਡਾਂਗਾ ਲੈ ਕੇ ਜਾਓਗੇ ਚੀਨ ਦੇ ਬਾਰਡਰ 'ਤੇ ਉਹ ਫਿਰ ਉੱਥੇ ਡਾਂਗਾ ਨਾਲ ਦਾ ਕੰਮ ਚੱਲਣਾ ਨਹੀਂ ਠੀਕ ਹੈ ਜਾਂ ਕਾਚੂ ਲੈ ਜਾਓਗੇ ਆਪਦਾ ਤਾਂ ਕਰਕੇ ਇਹ ਆਪਣੇ ਆਰਟੀਕਲ ਦੇ ਵਿੱਚ ਲਿਖਿਆ ਹੋਇਆ ਪਰ ਦੇਸ਼ ਦੀ ਰੱਖਿਆ ਆਪਾਂ ਜ਼ਰੂਰੀ ਨਹੀਂ ਹੈਗੀ ਬਾਰਡਰ 'ਤੇ ਜਾ ਕੇ ਵੀ ਕਰ ਸਕਦੇ ਹਾਂ ਜਿਵੇਂ ਕੋਈ ਡਾਕਟਰ ਹੈਗਾ ਉਹ ਵੀ ਆਪਣੀ ਡਿਊਟੀ ਨਿਭਾ ਕੇ ਦੇਸ਼ ਦੀ ਰੱਖਿਆ ਕਰਦਾ ਕੋਈ ਪੁਲਿਸ ਮੁਲਾਜ਼ਮ ਉਹ ਵੀ ਰੱਖਿਆ ਕਰ ਉਹ ਡਿਊਟੀ ਕਰ ਰਿਹਾ ਹੈਗਾ ਠੀਕ ਹੈ ਕੋਈ ਕਲਰਕ ਹੈ ਉਹ ਵੀ ਆਪਣੀ ਲੋਕਾਂ ਦੀ ਸੇਵਾ ਕਰ ਰਿਹਾ ਇੱਕ ਠੀਕ ਹੈ ਕੋਈ ਬੈਂਕ ਦੇ ਵਿੱਚ ਲੱਗਿਆ ਹੋਇਆ ਕੋਈ ਕਿਤੇ ਵੀ ਕੋਈ ਆਪਦਾ ਕੰਮ ਕਰ ਰਿਹਾ ਹੈਗਾ ਠੀਕ ਹੈ ਸਰਕਾਰੀ ਤੌਰ 'ਤੇ ਤਾਂ ਉਹ ਦੇਸ਼ ਦੀ ਸੇਵਾ ਹੀ ਕਰ ਰਿਹਾ ਹੈਗਾ ਭਾਰਤ ਦੇ ਸਾਰੇ ਲੋਕਾਂ ਨੂੰ ਭਾਈਚਾਰੇ ਨਾਲ ਰਹਿਣਾ ਸਿੱਖਣਾ ਅਤੇ ਰਹਿਣਾ ਚਾਹੀਦਾ ਹੈ ਪੰਜਾਬ ਭਾਰਤ ਦੇ ਸਾਰੇ ਲੋਕਾਂ ਨੂੰ ਭਾਈਚਾਰੇ ਨਾਲ ਰਹਿਣਾ ਚਾਹੀਦਾ ਹੈ ਠੀਕ ਹੈ ਅਤੇ ਆਪਸ ਦੇ ਵਿੱਚ ਕਿਸੇ ਤਰ੍ਹਾਂ ਕੋਈ ਭੇਦਭਾਵ ਨਹੀਂ ਰੱਖਣਾ ਚਾਹੀਦਾ ਇਸ ਤੋਂ ਬਾਅਦ ਨੰਬਰ 6 'ਤੇ ਆਪਾਂ ਨੂੰ ਆਪਣੀ ਸੰਸਕ੍ਰਿਤੀ ਬਚਾ ਕੇ ਰੱਖਣੀ ਚਾਹੀਦੀ ਸੰਸਕ੍ਰਿਤੀ ਕੀ ਹੈ ਜਿਵੇਂ ਆਪਣੇ ਲਾਲ ਕਿਲ੍ਹਾ ਹੋ ਗਿਆ ਠੀਕ ਹੈ ਜਾਂ ਆਪਣੀ ਜਾਮਾ ਮਸਜਿਦ ਹੋ ਗਈ ਜਾਂ ਤਾਜ ਮਹਿਲ ਹੋ ਗਿਆ ਜਿਹੜੀਆਂ ਵੀ ਆਪਣੀਆਂ ਇਮਾਰਤਾਂ ਠੀਕ ਹੈ ਸਰਕਾਰ ਜਿਹੜੀਆਂ ਆਪਣੇ ਪੁਰਾਣੇ ਸਮੇਂ ਦੇ ਵਿੱਚ ਆਪਾਂ ਨੂੰ ਇੱਕ ਆਪਣਾ ਦੱਸਦੇ ਗਏ ਆ ਸਾਡਾ ਇਤਿਹਾਸ ਹੁੰਦਾ ਸੀ ਆ ਸਾਡੀ ਸੰਸਕ੍ਰਿਤੀ ਸੀ ਠੀਕ ਹੈ ਉਹਨੂੰ ਆਪਾਂ ਬਚਾ ਕੇ ਰੱਖਣਾ ਇਹ ਨਹੀਂ ਹੈਗਾ ਕਿ ਲਾਲ ਕਿਲ੍ਹੇ ਦੇ ਵਿੱਚ ਜਾ ਕੇ ਤੁਸੀਂ ਉੱਥੇ ਕੰਧਾਂ ਟੱਪੀ ਜਾਓ ਜਿਹੜਾ ਹੁਣ ਕੇਸ ਦਰਜ ਹੋਇਆ ਗਾ ਅੱਧਿਆਂ 'ਤੇ ਠੀਕ ਹੈ ਅਤੇ ਉਹ ਸੰਸਕ੍ਰਿਤੀ ਇਹਦੇ 'ਚ ਆਪਾਂ ਕੁਝ ਦੱਸਿਆ ਨਹੀਂ ਹੈਗਾ ਕਿ ਇਹਦੇ ਵਿੱਚ ਕੇਸ ਦਰਜ ਨਹੀਂ ਹੋ ਸਕਦਾ ਉਹਦੇ ਬਾਰੇ ਕਿ ਜੇ ਕੋਈ ਸੰਸਕ੍ਰਿਤੀ ਪਹੁੰਚਾਉਂਦਾ ਉਹਨੂੰ ਮਾੜਾ ਮਾੜਾ ਜੁਰਮਾਨਾ ਜ਼ਰੂਰ ਸਕਦਾ ਪਰ ਉਹ ਸਜ਼ਾ
ਆਰਟੀਕਲ 7 ਨਹੀਂ ਹੈਗਾ, ਆਰਟੀਕਲ 51 ਜਿਹੜਾ ਪਾਰਟ ਹੈਗਾ ਹਾਂ ਇਹ, ਠੀਕ ਹੈ, ਆਰਟੀਕਲ ਨਹੀਂ ਕਹਿ ਸਕਦੇ, ਸੋਰੀ ਮੈਂ ਆਰਟੀਕਲ ਕਹੀ ਜਾ ਰਿਹਾ ਹੈਗਾ, ਇਹ ਆਰਟੀਕਲ ਨਹੀਂ ਹੈਗਾ, ਨੰਬਰ ਹੈ, 7ਵੇਂ ਨੰਬਰ ਹੈ ਜਿਹੜੀ ਆਪਣੀ ਫੰਡਾਮੈਂਟਲ ਡਿਊਟੀ ਹੈ। 7ਵੀਂ ਫੰਡਾਮੈਂਟਲ ਡਿਊਟੀ ਕੀ ਹੈ ਆਪਣੀ, ਕਿ ਸਾਨੂੰ ਆਪਣੇ ਵਰਤਾਵਾਨ ਦੀ ਰੱਖਿਆ ਕਰਨੀ ਚਾਹੀਦੀ ਹੈ, ਠੀਕ ਹੈ, ਮਤਲਬ ਇਹ ਆਰਟੀਕਲ 7 'ਚ ਪਾਤਾ ਕਿ ਜੇ ਆਪਾਂ ਵਰਤਾਵਾਨ ਦੀ ਰੱਖਿਆ ਨਹੀਂ ਕਰਦੇ ਤਾਂ ਆਪਾਂ ਨੂੰ ਸਜ਼ਾ ਵੀ ਹੋ ਸਕਦੀ ਹੈ। ਉਹ ਸਜ਼ਾ ਕਿਵੇਂ ਹੋ ਸਕਦੀ ਹੈ, ਮੰਨ ਲਓ ਕਿ ਦਰਖਤ ਲੱਗੇ ਹੋਏ ਆ, ਇਹ ਨਹੀਂ ਹੈਗਾ ਕਿ ਰਾਤ ਨੂੰ ਤੁਸੀਂ ਲੈ ਕੇ ਟਰੈਕਟਰ ਟਰਾਲੀ ਹੈ ਨਾ, ਜਾ ਕੇ ਤੁਸੀਂ ਕਿਸੇ ਕਿੱਕਰ ਵੱਢ ਲਿਆਂਦੀ ਸੜਕ ਤੋਂ, ਕਿਸੇ ਨਿੰਮ ਵੱਢ ਲਿਆਂਦਾ, ਕਿਸੇ ਡੇਕ ਵੱਢ ਲਿਆਂਦੀ, ਉਹ ਕੰਮ ਨਹੀਂ ਕਰਨਾ, ਠੀਕ ਹੈ। ਜੇ ਤੁਸੀਂ ਇਹ ਜਿਹਾ ਕੁਛ ਕਰੋਗੇ ਤਾਂ ਵਣ ਵਿਭਾਗ ਤੁਹਾਡੇ 'ਤੇ ਕੇਸ ਵੀ ਦਰਜ ਕਰ ਸਕਦਾ, ਤੁਹਾਨੂੰ ਜੁਰਮਾਨਾ ਵੀ ਪਾ ਸਕਦਾ, ਤੁਹਾਨੂੰ ਸਜ਼ਾ ਵੀ ਦੇ ਸਕਦਾ, ਠੀਕ ਹੈ, ਕਿਉਂਕਿ ਇਹ ਜਿਹੜਾ ਫੰਡਾਮੈਂਟਲ ਰਾਈਟ ਡਿਊਟੀ ਹੈ ਆਪਣੀ, ਇਹ ਜਿਹੜੀ 7ਵੀਂ ਫੰਡਾਮੈਂਟਲ ਡਿਊਟੀ ਹੈ, ਇਹ ਆਪਣੀ ਕਾਹਦੇ 'ਚ ਪਾਤੀ ਉਹਨਾਂ ਨੇ, ਸਜ਼ਾ ਦੇ ਵਿੱਚ ਪਾਤੀ। ਇਸ ਤੋਂ ਬਾਅਦ ਆਪਾਂ ਨੂੰ ਵਿਗਿਆਨਿਕ ਦ੍ਰਿਸ਼ਟੀਕੋਣ ਅਪਣਾਉਣਾ ਚਾਹੀਦਾ ਹੈ। ਆਪਾਂ ਕੋਈ ਵੀ ਨੌਕਰੀ ਲੈਣੀ ਹੈ, ਪਰ ਸਭ ਤੋਂ ਪਹਿਲਾਂ ਚਲੋ ਤੁਸੀਂ ਪੁਲਿਸ ਦੀ ਨੌਕਰੀ ਲੈਣੀ ਹੈ, ਮੈਂ ਕਲਰਕ ਦੀ ਜੋਬ ਲੈਣੀ ਹੈ, ਜਾਂ ਮੈਂ ਕਸਰੀ ਵੀ ਜੋਬ ਲੈਣੀ ਹੈ, ਤੁਸੀਂ ਲੈਣੀ ਹੈ, ਠੀਕ ਹੈ, ਉਹਦੇ ਵਿੱਚ ਸਭ ਤੋਂ ਪਹਿਲਾਂ ਆਪਣਾ ਹੱਕ ਬਣਦਾ ਕਿ ਆਪਾਂ ਵਿਗਿਆਨਿਕ ਵੱਲ ਜਾਈਏ, ਸੈਂਸ ਵੱਲ ਜਾਈਏ, ਕਿ ਆਪਾਂ ਕੋਈ ਇਹੋ ਜਿਹੀ ਖੋਜ ਕਰਕੇ ਦੇਈਏ ਜਿਹਦਾ ਸੰਸਾਰ ਨੂੰ ਫਾਇਦਾ ਹੋਵੇ। ਉਹ ਕੰਮ ਨਾ ਕਰਿਓ ਕਿ ਸਾਡੇ ਪਿੰਡ ਵਾਲੇ ਨੇ ਕੀ ਕੀਤਾ ਸੀ, ਇੱਕ ਨੇ ਜਮ੍ਹਾਂ ਸੱਚੀ ਗੱਲ ਹੈ, ਅਤੇ ਉਹਨੂੰ ਵੀ ਬੜਾ ਸ਼ੌਂਕ ਸੀ ਸਾਇੰਸ ਦਾ ਕਿ ਮੈਂ ਖੋਜਾਂ ਕਰਾਂ, ਉਹਨੇ ਕੀ ਕੀਤਾ, ਆਪਣੇ ਨਾ ਇੱਥੇ ਲਹਿਰੇ ਮਾਬਤ ਥਰਮਲ ਪਲਾਂਟ ਹੈਗਾ, ਜਿਹੜਾ ਥਰਮਲ ਪਲਾਂਟ ਆ, ਅਤੇ ਉੱਥੇ ਨਾ ਕੋਲਾ ਕੂਲਾ ਆਉਂਦਾ ਹੁੰਦਾ ਹੈਗਾ ਉਹਦੇ 'ਚ ਥਰਮਲ 'ਚ ਪਾਉਣ ਵਾਸਤੇ, ਉਹਨੇ ਕੀ ਕੀਤਾ, ਟਰਾਲੀ ਦੇ ਜਿਹੜਾ ਇੱਥੇ ਲੋਹੜ ਰੁਕਦਾ ਹੁੰਦਾ ਹੈਗਾ, ਮਾਲ ਗੱਡੀ ਖੜ੍ਹਦੀ ਹੁੰਦੀ ਜਿਹ 'ਚ ਕੋਲਾ ਹੁੰਦਾ, ਉਹ ਲਾ ਕੇ ਲਿਆਇਆ ਕੋਲਾ, ਉਹਨਾਂ ਨੇ ਗੀਠੀ ਗੁੱਠੀ 'ਚ ਬਾਲਾਂਗੇ, ਨਾਲੇ ਸਿਆਲਾਂ 'ਚ ਨਜ਼ਾਰੇ ਲਵਾਂਗੇ, ਉਹ ਜੋ ਲਾ ਕੇ ਲਿਆਇਆ, ਅਤੇ ਉਹਦੇ ਵਿੱਚ ਕਿਤੇ ਬੰਬ ਆ ਗਿਆ, ਕੋਲੇ ਦੇ ਵਿੱਚ ਹੀ ਬੰਬ ਆ ਗਿਆ ਕਿਤੇ, ਜਮ੍ਹਾਂ ਸੱਚੀ ਗੱਲ ਹੈਗੀ, ਅਤੇ ਜੋ ਕੋਲੇ ਦੇ ਵਿੱਚ ਬੰਬ ਆ ਗਿਆ, ਅਤੇ ਉਹਨੂੰ ਐਕਸਪੀਰੀਅੰਸ ਕਰਨ ਦੀ ਚਾਹ ਸੀ, ਅਤੇ ਉਹਦੇ ਵਿੱਚ ਦੋ ਤਾਰਾਂ ਸੀ, ਐਂ ਬੰਬ ਸੀ ਕਾਲਾ ਕਾਲਾ ਜਿਹਾ, ਉਹਦੇ ਵਿੱਚ ਦੋ ਤਾਰਾਂ ਸੀ, ਐਂ ਕਰਕੇ ਉਹਨਾਂ ਨੇ ਪਤਾ ਨਹੀਂ ਕੀ ਚੀਜ਼ ਹੈਗੀ, ਅਤੇ ਉਹਨੇ ਕੀ ਕੀਤਾ, ਉਹਨੇ ਘਰ ਵਿੱਚ ਜਾ ਕੇ ਪਲੱਗ 'ਤੇ ਲਾਤਾ, ਉਹ ਆਪਾਂ ਨੂੰ ਹੈਗਾ ਥੋੜ੍ਹੀ ਦੂਰ ਘਰ ਹੈਗਾ, 200 ਮੀਟਰ ਘਰ ਹੈ, 200-300 ਮੀਟਰ ਦੂਰ, ਉਹਨੇ ਜਾ ਕੇ ਕੀ ਕੀਤਾ, ਪਲੱਗ 'ਚ ਪਾਤਾ ਉਹ ਦੋਨੇ ਤਾਰਾਂ ਬੰਬ ਦੀਆਂ, ਖੋਜ ਕਰਦਾ ਸੀ, ਅਤੇ ਉਹ ਜੋ ਉਹ ਬੰਬ ਚੱਲ ਗਿਆ, ਠੀਕ ਹੈ, ਨਾਲੇ ਉਹ ਮੁੰਡੇ ਦੀ ਇੱਕ ਅੱਖ ਉੱਡ ਗਈ, ਨਾਲੇ ਇੱਕ ਉਹਦਾ ਹੱਥ ਉੱਡ ਗਿਆ, ਠੀਕ ਹੈ, ਹੁਣ ਸਹੀ ਹੈਗਾ, ਹੁਣ ਉਹਦੇ ਸ਼ਾਇਦ ਪੱਥਰ ਦੀ ਅੱਖ ਪਾਈ ਹੋਈ ਹੈਗੀ, ਅਤੇ ਦੇਖ ਲਓ ਉਹਦਾ ਇੱਕ ਹੱਥ ਉੱਡ ਗਿਆ, ਇੱਕ ਬਾਅਦ ਵੈਸੇ ਬਚ ਗਿਆ ਉਹ, ਠੀਕ ਹੈ, ਤਾਂ ਕਰਕੇ ਨਾ ਤੁਸੀਂ ਵੀ ਖੋਜਾਂ ਦੇ ਚੱਕਰਾਂ 'ਚ ਨਾ ਬਹਿ ਜਾਓ, ਇੱਕ ਤਾਂ ਬੇਸਿਕ ਕਹਿੰਦੇ ਗੱਲਾਂ ਹੁੰਦੀਆਂ ਹੈਗੀਆਂ, ਕਿਤੇ ਕੋਈ ਕਿਸੇ ਨੇ ਟ੍ਰਾਂਸਫਾਰਮਰ ਚੜ੍ਹ ਕੇ ਕਿਸੇ ਤਾਰਾਂ ਤੂਰਾਂ ਸਾੜ ਦਿਓ, ਹੈ ਨਾ, ਅਤੇ ਇਹੋ ਜਿਹਾ ਕੰਮ ਨਹੀਂ ਕਰਨਾ। ਪਬਲਿਕ ਪ੍ਰੋਪਰਟੀ ਦੀ ਰੱਖਿਆ ਕਰਨੀ, ਕਿਉਂਕਿ ਪਬਲਿਕ ਪ੍ਰੋਪਰਟੀ ਦੀ ਵੀ ਤੁਹਾਨੂੰ ਰੱਖਿਆ ਕਰਨੀ ਪਊਗੀ ਭਾਈ, ਠੀਕ ਹੈ, ਜੋ ਕਿ ਪਬਲਿਕ ਪਲੇਸ ਹੈ, ਅਤੇ ਇਹਦੀ ਰੱਖਿਆ ਵੀ ਕਰ ਸਕਦੇ, ਪਬਲਿਕ ਪ੍ਰੋਪਰਟੀ ਦੇ ਕਿਸੇ ਦਾ ਅਧਿਕਾਰ ਵੀ ਨਹੀਂ ਹੁੰਦਾ, ਸਾਂਝੀ ਹੁੰਦੀ ਹੈ ਸਾਰਿਆਂ ਦੀ, ਜਿਵੇਂ ਆਪਣੇ ਚੌਂਕ ਹੈ ਪਿੰਡਾਂ ਦੇ ਵਿੱਚ, ਆਪਣੇ ਚੌਂਕ ਹੁੰਦੇ ਆ, ਸੱਥ ਹੁੰਦੀ ਹੈ, ਠੀਕ ਹੈ, ਤੁਸੀਂ ਸੱਥ 'ਚ ਬਹਿੰਦੇ ਹੋ, ਚੌਂਕ 'ਚ ਬਹਿੰਦੇ, ਤੁਹਾਨੂੰ ਕੋਈ ਨਹੀਂ ਹਟਾ ਸਕਦਾ, ਕਿਉਂਕਿ ਉਹ ਪਬਲਿਕ ਪ੍ਰੋਪਰਟੀ ਹੈ, ਉਹਦੇ ਸਾਰਿਆਂ ਦਾ ਇੱਕੋ ਜਿਹਾ ਅਧਿਕਾਰ ਹੈਗਾ, ਠੀਕ ਹੈ, ਅਤੇ ਇਹਦੇ ਵਿੱਚ ਕੋਈ ਡੰਡ ਮਿਲ ਸਕਦਾ ਹੈਗਾ, ਠੀਕ ਹੈ, ਪਬਲਿਕ ਪ੍ਰੋਪਰਟੀ ਨੂੰ ਜੇ ਆਪਾਂ ਨੁਕਸਾਨ ਪਹੁੰਚਾਉਣੇ ਆ, ਠੀਕ ਹੈ, ਜਿਵੇਂ ਆਪਾਂ ਕਹਿੰਦੇ ਧਾਰਾ 44 ਲਾਤੀ, ਇਸ ਤਰ੍ਹਾਂ ਨਾਲ ਵੀ ਉਹ ਹੋ ਸਕਦਾ, ਜਿਵੇਂ ਹੁਣ ਦਿੱਲੀ ਦੇ ਵਿੱਚ ਸੀ, ਦਿੱਲੀ ਦੇ ਵਿੱਚ ਹੁਣ ਜਿਹੜਾ ਲਾਲ ਕਿਲੇ ਦੇ ਆਪਣੇ ਲੋਕ ਗਏ ਸੀ, ਠੀਕ ਹੈ, ਲਾਲ ਕਿਲੇ ਦੇ ਜਿਹੜੇ ਆਪਣੇ ਲੋਕ ਗਏ ਸੀ ਦਿੱਲੀ ਦੇ, ਅਤੇ ਉਹਨਾਂ ਦੇ ਵਿੱਚ ਜਿਹੜੇ ਬੰਦਿਆਂ ਦੇ ਮਾਮਲੇ ਦਰਜ ਕੀਤੇ, ਉਹਨਾਂ ਨੇ 44 ਧਾਰਾ ਲਾਈ ਇਹਨਾਂ ਨੇ, ਕਿ ਪਬਲਿਕ ਪ੍ਰੋਪਰਟੀ ਉਹਨਾਂ ਨੇ ਉਹ ਕੀਤਾ ਗਾ, ਇਹ ਫੰਡਾਮੈਂਟਲ ਡਿਊਟੀਆਂ ਦੀ, ਕਿ ਇਹਨਾਂ ਨੇ ਜਿਹੜੀ ਫੰਡਾਮੈਂਟਲ ਡਿਊਟੀ ਆਪਣੀ ਉਹਦੀ ਇਹਨਾਂ ਨੇ ਉਲੰਘਣਾ ਕੀਤੀ ਹੈ, ਤਾਂ ਕਰਕੇ ਇਹਨਾਂ 'ਤੇ ਪਰਚੇ ਦਰਜ ਕੀਤੇ ਜਾਣ, ਠੀਕ ਹੈ, ਕਿ ਸਰਕਾਰੀ ਪ੍ਰੋਪਰਟੀ ਨੂੰ ਨੁਕਸਾਨ ਪਹੁੰਚਾਇਆ, ਪਰ ਨੁਕਸਾਨ ਉੱਥੇ ਕੋਈ ਨਹੀਂ ਪਹੁੰਚਾਇਆ ਸੀ, ਤੁਹਾਨੂੰ ਪਤਾ ਕਿ ਇਹ ਗੱਲਾਂ ਹੀ ਹੁੰਦੀਆਂ ਗੀਆਂ ਸਰਕਾਰਾਂ ਦੀਆਂ। ਇਸ ਤੋਂ ਬਾਅਦ 10ਵੀਂ ਆਪਣੀ ਫੰਡਾਮੈਂਟਲ ਡਿਊਟੀ ਹੈਗੀ ਆ ਵੀ ਵਿਅਕਤੀਵਤ ਅਤੇ ਸਮੂਹਿਕ ਗਤੀਵਿਧੀਆਂ ਦੇ ਸਾਰੇ ਖੇਤਰਾਂ ਵਿੱਚ ਆਪ ਵੀ ਅੱਗੇ ਉਹਨਾਂ ਦੇ ਹੋਰਾਂ ਨੂੰ ਵੀ ਲੈ ਕੇ ਆਉਣਾ। ਵਿਅਕਤੀਵਤ ਅਤੇ ਸਮੂਹਿਕ ਗਤੀਵਿਧੀ ਹੈਗੀ ਹੈ, ਜਿਵੇਂ ਮੰਨ ਲਓ ਮੇਰਾ ਚੈਨਲ ਹੈਗਾ, ਠੀਕ ਹੈ, ਆਪਣਾ ਚੈਨਲ ਆ ਸਾਰਿਆਂ ਦਾ, ਇਹ ਚੱਲ ਰਿਹਾ ਹੈਗਾ, ਠੀਕ ਹੈ, ਅਤੇ ਜੇ ਤੁਸੀਂ ਹੋਰ ਵੀ ਕਿਸੇ ਨੂੰ ਕਹੋਗੇ ਭਾਈ ਸਾਡੇ ਉਹ ਚੈਨਲ 'ਤੇ ਜਾਓਗੇ, ਸਾਨੂੰ ਵਧੀਆ ਲੱਗਦਾ ਅਤੇ ਪੜ੍ਹਾਉਣਾ, ਤੁਸੀਂ ਵੀ ਉਹਦਾ ਸਟੱਡੀ ਕਰੋ, ਠੀਕ ਹੈ, ਉਹ ਵੀ ਇੱਕ ਫੰਡਾਮੈਂਟਲ ਡਿਊਟੀ ਦੇ ਵਿੱਚ ਆ ਜਾਂਦੇ ਕਿ ਆਪ ਕੋਈ ਵਧੀਆ ਸਮੂਹਿਕ ਕੰਮ ਕਰਨੇ, ਨਾਲ ਕਿਸੇ ਹੋਰ ਨੂੰ ਵੀ ਲੈ ਕੇ ਆਉਣਾ। ਇਹ ਕੰਮ ਨਹੀਂ ਹੈਗਾ ਕਿ ਆਪ ਤੁਸੀਂ ਭੁੱਕੀ ਵੇਚਣ ਦਾ ਕੰਮ ਚਲਾ ਲਿਆ ਅਤੇ ਨਾਲ ਕਿਸੇ ਹੋਰ ਲਾ ਲਿਆ, ਤੂੰ ਵੀ ਚੱਲ ਜਾ ਆਪਣੇ, ਆਪਾਂ ਉੱਥੋਂ ਰਾਜਸਥਾਨ ਤੋਂ ਲਿਆ ਕਰਾਂਗੇ 20-30 ਕਿਲੋ ਇਕੱਠੇ ਚੱਕ ਲਿਆ ਕਰਾਂਗੇ, ਜਾਂ ਮੈਨੂੰ ਚੱਕਣੀ ਔਖੀ ਹੈ, ਠੀਕ ਹੈ, ਉਹ ਕੰਮ ਨਹੀਂ ਹੈਗਾ, ਇਹ ਵਿਅਕਤੀਗਤ ਕੰਮਾਂ ਦੀ ਗੱਲ ਕਰਦੇ ਹਾਂ ਕਿ ਉਧਰੋਂ ਗੱਟੇ ਚੱਕੀ ਆਉਂ। ਅਤੇ 6-14 ਸਾਲ ਦੇ ਬੱਚੇ ਦਾ ਅਧਿਕਾਰ ਹੈਗਾ ਪੜ੍ਹਨ ਦਾ, ਅਤੇ ਉਸਦੇ ਮਾਤਾ ਪਿਤਾ ਦਾ ਕਰਤੱਵ ਹੈਗਾ ਉਸ ਸਕੂਲ ਪਹੁੰਚਾਉਣ ਦਾ, ਠੀਕ ਹੈ, ਜੇਕਰ ਇਹ ਵੀ ਉਲੰਘਣਾ ਕਰਦਾ ਤਾਂ ਇਹ 'ਤੇ ਵੀ ਪਰਚਾ ਦਰਜ ਹੋ ਸਕਦਾ, ਉਹ ਕਿਵੇਂ ਹੋ ਸਕਦਾ ਤੁਸੀਂ ਦੇਖੋ, ਜਿਹੜਾ ਬੱਚਾ ਹੈ ਉਹ ਤਾਂ ਛੋਟਾ ਹੈ, ਉਹ ਤਾਂ ਬੱਚਿਆਂ ਨੂੰ ਕੀ ਪਤਾ ਗਾ, ਇੱਕ ਬੱਚੇ ਤੁਹਾਨੂੰ ਪਤਾ ਕਿ ਉਹ ਵੀ ਸਕੂਲ ਜਾਣ ਤੋਂ ਭੱਜਦੇ ਹੁੰਦੇ ਆ, ਕਿ ਮਾਤਾ ਪਿਤਾ ਦਾ ਬੱਚੇ ਦਾ ਮੂਲ ਅਧਿਕਾਰ ਹੈ, ਇਹ ਬੱਚੇ ਦਾ ਕੀ ਹੈ, ਇਹ ਮੂਲ ਅਧਿਕਾਰ ਹੈ ਕਿ ਉਹਨੂੰ ਸ਼ਿਕਸ਼ਾ ਦੇਣਾ, ਠੀਕ ਹੈ, ਅਤੇ ਮਾਤਾ ਪਿਤਾ ਦਾ ਕੀ ਹੈ ਕਰਤੱਵ, ਕਿ ਉਹਨੂੰ ਸਿੱਖਿਆ ਦਿਵਾਉਣਾ, ਉਹਨੂੰ ਸਕੂਲ ਛੱਡ ਕੇ ਆਉਣਾ, ਠੀਕ ਹੈ। ਮੰਨ ਲਓ ਜੇ ਕੋਈ ਬੱਚਾ ਸਕੂਲ ਮਾਤਾ ਪਿਤਾ ਨੂੰ ਸਕੂਲ ਨਹੀਂ ਲੈ ਕੇ ਜਾ ਸਕਦੇ ਤਾਂ ਆਪਾਂ ਉਹਨਾਂ 'ਤੇ ਕੇਸ ਕਰ ਸਕਦੇ ਹਾਂ ਕਿ ਭਾਈ ਇਹ ਆਪਦੇ ਬੱਚੇ ਨੂੰ ਕੀ ਕਰ ਰਿਹਾ,
ਠੀਕ ਹੈ, ਅਤੇ ਮਤਲਬ ਜੇ ਕੋਰਟ ਨੂੰ ਇਹ ਵੱਲ ਗੱਲ ਕਹੂਗੀ ਉਹਨਾਂ ਨੇ ਮਾਤਾ ਪਿਤਾ ਨੂੰ ਕਿ ਭਾਈ ਜਦੋਂ ਤੁਹਾਡਾ ਕਰਤੱਵ ਹੈ, ਇਹ ਤੁਹਾਡਾ ਕਰਤੱਵ ਹੈ, ਬੱਚੇ ਦਾ ਇਹ ਫੰਡਾਮੈਂਟਲ ਡਿਊਟੀ ਹੈ, ਮਤਲਬ ਫੰਡਾਮੈਂਟਲ ਰਾਈਟ ਆ ਬੱਚੇ ਦਾ, ਇਹ ਬੱਚੇ ਦਾ ਇਹ ਫੰਡਾਮੈਂਟਲ ਰਾਈਟ ਹੈ, ਤੁਹਾਡੀ ਇਹ ਫੰਡਾਮੈਂਟਲ ਡਿਊਟੀ ਹੈ, ਠੀਕ ਹੈ, ਤੁਸੀਂ ਉਹਨੂੰ ਕਿਉਂ ਨਹੀਂ ਪਹੁੰਚਾਉਂਦੇ, ਤੁਸੀਂ ਉਹਦੇ ਜਿਹੜੇ ਉਹਦਾ ਤੁਸੀਂ ਰਾਈਟ ਹੈ ਜਿਹੜਾ ਮੌਲਿਕ ਅਧਿਕਾਰ ਹੈ, ਤੁਸੀਂ ਉਹਦਾ ਸ਼ੋਸ਼ਣ ਕਰ ਰਹੇ ਹੋ, ਤਾਂ ਕਰਕੇ ਤੁਹਾਨੂੰ ਇਹਦੇ ਵਿੱਚ ਸਜ਼ਾ ਹੋ ਸਕਦੀ ਹੈ, ਠੀਕ ਹੈ। ਜੇਕਰ ਮਾਤਾ ਪਿਤਾ ਕੋਈ ਆਪਣੇ ਬੱਚੇ ਨੂੰ ਸਕੂਲ ਨਹੀਂ ਲਾਉਂਦਾ ਤਾਂ ਉਹਦੇ ਸਜ਼ਾ ਵੀ ਹੋ ਸਕਦੀ ਹੈ, ਪਰਚਾ ਵੀ ਦਰਜ ਹੋ ਸਕਦਾ, ਕਿਉਂਕਿ ਉਹਦਾ ਆਰਟੀਕਲ ਹੈ, ਆਰਟੀਕਲ 21 ਦੇ ਵਿੱਚ ਉਹ ਸਾਰਾ ਕੁਝ ਮਿਲਿਆ ਹੋਇਆ, ਅਤੇ ਆਰਟੀਕਲ 32 ਦੇ ਤਹਿਤ ਉਹਨਾਂ 'ਤੇ ਕੇਸ ਵੀ ਦਰਜ ਹੋ ਸਕਦਾ, ਠੀਕ ਹੈ। ਦੇਖੋ ਇਹਨਾਂ ਨੂੰ ਨਾ ਕਈ ਵਾਰੀ ਨਾ ਇੱਕ ਦੋ ਤਿੰਨ ਲਿਖਦੇ, ਉਹ ਇਹਨਾਂ ਨੂੰ ਏ ਵੀ ਲਿਖ ਸਕਦੇ, ਏ ਬੀ ਸੀ ਡੀ, ਠੀਕ ਹੈ, ਏ ਬੀ ਸੀ ਡੀ। ਹੁਣ ਤੁਸੀਂ ਦੇਖੋ ਕਿਹੜੇ ਕਿਹੜੇ ਵਿੱਚ ਸਜ਼ਾ ਹੋ ਸਕਦੀ ਹੈ, ਇੱਕ ਤਾਂ ਹੋ ਸਕਦੀ ਹੈ ਪਹਿਲੇ 'ਚ, ਇੱਕ 7ਵੇਂ ਦੇ ਵਿੱਚ, ਕਹਿੰਦਾ ਮਤਲਬ ਇੱਕ ਤਾਂ ਏ ਫੰਡਾਮੈਂਟਲ ਡਿਊਟੀ ਦੇ ਵਿੱਚ ਸਜ਼ਾ ਹੋ ਸਕਦੀ ਹੈ, ਇੱਕ ਹੋ ਸਕਦੀ ਹੈ ਐਚ ਦੇ 7ਵੇਂ 'ਤੇ, ਕੀ ਹੁੰਦਾ ਏ ਬੀ ਸੀ ਡੀ ਈ ਜੀ, ਇੱਕ ਹੋ ਸਕਦੀ ਹੈ ਜੀ ਦੇ ਵਿੱਚ ਸਜ਼ਾ, ਠੀਕ ਹੈ। ਇੱਕ ਇਹਦੇ 'ਚ ਹੋ ਸਕਦੀ ਹੈ ਵਰਤਾਵਰਨ ਵਾਲਾ ਹੋ ਗਿਆ ਸੀ, ਇੱਕ ਹੋ ਸਕਦੀ ਹੈ 9ਵੇਂ ਦੇ ਵਿੱਚ, ਠੀਕ ਹੈ, ਅਤੇ ਇੱਕ ਹੋ ਸਕਦੀ ਹੈ 11ਵੇਂ ਦੇ ਵਿੱਚ, ਇਹਨਾਂ ਚਾਰਾਂ ਦੇ ਵਿੱਚ ਸਜ਼ਾ ਹੋ ਸਕਦੀ ਹੈ, ਇਹ ਗੱਲ ਯਾਦ ਰੱਖਣੀ ਹੈ, 1, 7, 9, 11, ਓਕੇ, ਧਿਆਨ ਰੱਖਣਾ ਇਹ ਗੱਲ ਦਾ। ਅਤੇ ਇੱਕ ਵੀਡੀਓ ਲਾਈਕ ਕਰ ਦਿਓ, ਅਤੇ ਬਾਕੀ ਭਾਈ ਫੰਡਾਮੈਂਟਲ ਡਿਊਟੀ ਯਾਦ ਕਰੋ, ਪ੍ਰੇਸ਼ਨ ਤੁਹਾਨੂੰ ਦੱਸਤੇ, ਪ੍ਰੇਸ਼ਨ ਕਿਹੜੇ ਕਿਹੜੇ ਬਣਨਗੇ, ਪ੍ਰੇਸ਼ਨ ਤੁਹਾਨੂੰ ਦੱਸਣਾ ਕਿਹੜੇ ਕਿਹੜੇ ਬਣਨਗੇ ਇਹਦੇ 'ਚੋਂ, ਪ੍ਰੇਸ਼ਨ ਇੱਕ ਤਾਂ ਸਭ ਤੋਂ ਪਹਿਲਾਂ ਤਾਂ ਇਹੀ ਬਣੂੰਗਾ, ਠੀਕ ਹੈ, ਕਿਹੜੇ ਆਰਟੀਕਲ ਦੇ ਵਿੱਚ ਆਉਂਦੇ ਹੈ, 51 ਦੇ ਵਿੱਚ, ਅਤੇ ਪਹਿਲਾ ਐਕਟ ਆਹ ਐਕਟ ਦੁਆਰਾ ਬਣਾਇਆ ਗਿਆ ਸੀ, ਉਦੋਂ ਉਹਦੀ 10 ਡਿਊਟੀਆਂ ਸੀ, 96ਵੇਂ ਐਕਟ ਦੇ ਦੁਆਰਾ ਇਹਦੇ ਵਿੱਚ ਇੱਕ ਡਿਊਟੀ ਹੋਰ ਕਰਤੀ, 11 ਹੋ ਗਈਆਂ, ਠੀਕ ਹੈ, ਇਹ ਰੂਸ ਤੋਂ ਲਿੱਤਾ ਗਿਆ ਹੈਗਾ, ਅਤੇ ਬਾਕੀ ਸਾਰੀਆਂ ਚੀਜ਼ਾਂ ਐਜ ਇਟ ਯਾਦ ਕਰ ਲਓ, ਠੀਕ ਹੈ, ਜਿਹਦੇ ਵਿੱਚ ਸਜ਼ਾ ਉਹ ਵੀ ਅਲੱਗ ਤੋਂ ਯਾਦ ਕਰ ਲਓ, ਠੀਕ ਹੈ, ਅਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰ ਦਿਓ, ਅਤੇ ਆਪਣਾ ਚੈਨਲ ਸ਼ੇਅਰ ਕਰ ਦਿਓ, ਠੀਕ ਹੈ ਜੀ, ਧੰਨਵਾਦ ਮੇਰੇ ਦੋਸਤੋ ਜੋ ਦੇ।